ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਸਾਹਿਤ ਦੇ ਸੰਗ। ਔਰ ਪਿਛਲੇ ਹਫ਼ਤੇ ਆਪਾਂ ਗੱਲ ਕੀਤੀ ਸੁਖਦੇਵ ਸਿੰਘ ਮਹਿਰਮ ਜੀ ਦੇ ਨਾਲ, ਜਿਹਦੇ 'ਚ ਆਪਾਂ ਉਹਨਾਂ ਦੇ ਸਾਹਿਤ ਦੇ ਸਫ਼ਰ, ਜਿਹੜਾ ਉਹਨਾਂ ਦਾ ਬਾਬੂ ਸਿੰਘ ਮਾਨ ਮਰਾੜਾ ਵਾਲੇ, ਉਹਨਾਂ ਨਾਲ ਜੁੜਿਆ ਹੋਇਆ ਸੀ, ਉਹਦੇ ਬਾਰੇ ਗੱਲ ਕੀਤੀ। ਔਰ ਉਹਨਾਂ ਨੇ ਇੱਕ ਛੰਦ ਲਿਖਿਆ ਸੀਗਾ ਜੁਗਣੀ, ਜਿਹੜਾ ਕਿ ਇੰਨਾ ਜ਼ਿਆਦਾ ਫੇਮਸ ਹੋਇਆ, ਉਹਨਾਂ ਦੀਆਂ ਹਜ਼ਾਰਾਂ ਹੀ ਜਿਹੜੀਆਂ ਕੈਸਟਾਂ ਉਹ ਉਸ ਟਾਈਮ ਵਿਕੀਆਂ। ਉਸ ਤੋਂ ਬਾਅਦ ਜਿਹੜਾ ਉਹਨਾਂ ਦਾ ਜਿਹੜਾ ਸਫ਼ਰ ਆ ਨਾ, ਉਹ ਅੱਗੇ ਗਿਆ ਕਵੀਸ਼ਰੀ ਵੱਲ, ਫਿਰ ਉਹ ਕਵੀਸ਼ਰੀ ਤੋਂ ਢਾਡੀ ਵਾਰਾਂ ਵੱਲ ਵੀ ਗਏ, ਇਹਦੇ ਬਾਰੇ ਵੀ ਜਾਣਾਂਗੇ। ਤਾਂ ਇਹ ਜਿਹੜਾ ਸਫ਼ਰ ਆ ਉਹਨੂੰ ਆਪਾਂ ਜਾਰੀ ਰੱਖਦੇ ਹਾਂ। ਔਰ ਸਰ, ਜੁਗਨੀ ਤੁਸੀਂ ਲਿਖੀ, ਉਹਨੇ ਤੁਹਾਨੂੰ ਕਾਫੀ ਜ਼ਿਆਦਾ ਜਿਹੜਾ ਹੈਗਾ ਪਾਪੂਲਰ ਕੀਤਾ, ਫਿਰ ਤੁਸੀਂ ਕਵੀਸ਼ਰੀ ਲਿਖੀ ਵੀ, ਤੁਸੀਂ ਗਾਇਆ ਵੀ ਢਾਡੀ ਵਾਰਾਂ ਵੀ, ਉਹ ਤੁਹਾਡਾ ਸਫ਼ਰ ਫਿਰ ਇੱਧਰ ਆਉਣਾ ਕਿਵੇਂ ਹੋਇਆ? ਉਹ ਹੋਇਆ ਜੀ, ਕਵੀ ਤਾਂ ਮੈਂ ਦਰਅਸਲ ਸੀਗਾ ਹੀ ਸੀਗਾ, ਕਵੀਸ਼ਰ ਵੀ ਨਾ, ਜਿਹੜਾ ਸ਼ਬਦ ਵੇਖੋ, ਦੋ ਸ਼ਬਦਾਂ ਦਾ ਸੁਮੇਲ ਆ। ਕਵੀਸ਼ਰੀ ਦਾ ਇਤਿਹਾਸ ਤਾਂ ਇਹ ਆ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਆਨੰਦਪੁਰ ਮੌ 'ਚ ਜਦੋਂ ਰਹਿ ਰਹੇ ਸੀ, ਮਤਲਬ ਕੋਈ ਜੰਗਾਂ ਜੁੱਗਾਂ ਤੋਂ ਵਿਹਲੇ ਸੀ, ਤਾਂ ਉਹਨਾਂ ਨੇ 52 ਕਵੀ ਰੱਖੇ ਸੀਗੇ ਉੱਥੇ, ਅਤੇ ਕਵੀਆਂ ਆਪ ਵੀ ਕਵੀ ਸੀ ਅਤੇ ਕਵੀਆਂ ਦੀ ਮਹਿਫਲ ਵੀ ਲੱਗਦੀ ਸੀ। ਭਾਈ ਨੰਦ ਲਾਲ ਗੋਆ ਜੀ ਦੀਆਂ ਗਜ਼ਲਾਂ ਕਿੱਡੀਆਂ ਫੇਮਸ ਆ, ਉਹ ਗੁਰੂ ਸਾਹਿਬ ਦੇ ਉੱਥੇ ਵਿੱਚ ਹੀ ਹੁੰਦੇ ਸੀਗੇ। ਉਸ ਟਾਈਮ 'ਤੇ ਨਾ ਤਿੰਨ ਕਵੀਆਂ ਨੇ ਇਕੱਠੇ ਹੋ ਕੇ ਬਿਨਾਂ ਕਿਸੇ ਤਾਲ ਤੋਂ, ਢੋਲਕ ਤਬਲੇ ਤੋਂ, ਬਿਨਾਂ ਕਿਸੇ ਸਾਜ਼ ਬੈਂਜੋ ਤੂੰਬੀ ਸਰੰਗੀ ਅਲਗੋਜੇ ਤੋਂ, ਤਿੰਨਾਂ ਨੇ ਇੱਕ ਮੂਹਰੇ ਆਗੂ ਲੱਗ ਗਿਆ, ਦੋ ਸਾਈਡ ਤੋਂ ਇਕੱਠੇ ਬੋਲਦੇ ਸੀ, ਆਗੂ ਇਕੱਲਾ ਬੋਲਦਾ ਸੀ। ਉਹਨਾਂ ਨੇ ਇੱਕ ਕਵਿਤਾ ਪੜ੍ਹ ਕੇ ਸੁਣਾ ਤੀ, ਅਤੇ ਉਹਦਾ ਕਿਆ ਨਜ਼ਾਰਾ! ਅਸੀਂ ਮੈਂ ਇਵੇਂ ਬਹੁਤ ਚਿਰ ਸੌਖਾ ਰਿਹਾ ਵੀ ਨਾ ਕਿਸੇ ਨੂੰ ਪਤਾ ਲੱਗਦਾ, ਗਾਉਣ ਵਾਲੇ ਜਦੋਂ ਸਟੇਜ 'ਤੇ ਚੜ੍ਹੀਦਾ ਉਦੋਂ ਹੀ ਗਾਉਣ ਵਾਲੇ ਪਤਾ ਲੱਗਦਾ, ਵਿੱਚ ਵਿਆਹ 'ਚ ਮੇਲ 'ਚ ਭੋਗ 'ਤੇ ਤੁਰੇ ਫਿਰੋ, ਕਿਸੇ ਨੂੰ ਕੀ ਪਤਾ, ਅਤੇ ਨਾ ਸਮਾਨ ਚੱਕਣਾ ਪਵੇ। ਢਾਡੀ ਦਾ ਹੁਣ ਮੇਰੇ ਬੰਦੇ ਸਰੰਗੀ ਚੱਕਣੀ, ਢੋਡਾਂ ਚੱਕਣੀਆਂ, ਵਾਜੇ ਵਾਲਿਆਂ ਨੂੰ ਵਾਜਾ, ਔਖਾ ਸਮਾਨ ਵਾਵਾ। ਉੱਥੇ ਵੀ ਜਦੋਂ ਤਿੰਨਾਂ ਨੇ ਗਾਤਾ ਅਤੇ ਉਹ ਪਿਆਰੀ ਲੱਗੀ ਕਵਿਤਾ, ਵੀ ਪੜ੍ਹਤੀ ਕੋਈ ਮਹਿਸੂਸ ਹੀ ਨਹੀਂ ਹੋਇਆ ਵੀ ਸਾਜ ਹੈ ਨਹੀਂ ਵਿੱਚ, ਤਾਂ ਉਹ ਕਵਿਛਰੀ ਉੱਥੋਂ ਪੈਦਾ ਹੋ ਗਈ ਜੀ। ਸ਼ਬਦ ਵੀ ਕਵੀ ਪਲੱਸ ਸ਼ਾਇਰ, ਕਵੀਸ਼ਰ ਐ ਬਣਿਆ। ਕਵੀ ਹੁੰਦਾ ਜਿਹੜਾ ਕਲਮਨਾ ਲਿਖਦਾ, ਕਵਿਤਾ ਲਿਖਦਾ, ਬਿਲਕੁਲ। ਸ਼ਾਇਰ ਹੁੰਦਾ ਉਹਦੇ 'ਤੇ ਸ਼ਰਤ ਲਿਖਣ ਦੀ ਨਹੀਂ ਗੀ ਵੀ ਉਹ ਦਿਮਾਗੋ ਨੂੰ ਉਚਰਦਾ ਕੁਛ, ਉਹਦੀ ਬੋਲਣ ਦੀ ਹੁੰਦੀ, ਮੁਸ਼ਾਇਰਿਆਂ 'ਚ ਉਹਨੇ ਬੋਲਣਾ, ਸ਼ਾਇਰ ਬੋਲਣ ਵਾਲਾ, ਕਵੀ ਲਿਖਣ ਵਾਲਾ, ਤੇ ਜਿਹੜਾ ਦੋਵੇਂ ਕੁਛ ਇਕੱਠਾ ਹੈ, ਕਵੀ ਵੀ ਹੈ ਤੇ ਸ਼ਾਇਰ ਵੀ, ਉਹ ਕਵੀਸ਼ਰ, ਉਹ ਕਵੀਸ਼ਰ ਬਣ ਗਿਆ। ਦਰਅਸਲ ਕਵੀਸ਼ਰ ਉਹ ਹੁੰਦਾ ਜਿਹੜਾ ਪਹਿਲਾਂ ਲਿਖੇ ਤੇ ਨਾਲ ਗਾਵੇ। ਹੁਣ ਇਨਕਮ ਦਾ ਲੋਕ ਆਮਦਨ ਦਾ ਸਾਧਨ ਬਣਾਈ ਬੈਠੇ ਵੀ ਕਵਿਤਾ ਮੇਰੀ ਹੁੰਦੀ ਜਾਂ ਹੋਰ ਕਿਸੇ ਦੀ ਹੁੰਦੀ ਤੇ ਜਥਾ ਹੋਰ ਗਾਈ ਜਾਂਦਾ, ਉਵੇਂ ਬੇਸਿਕਲੀ ਤਾਂ ਉਹ ਕਵੀਸ਼ਰ ਨਹੀਂ, ਕਿਉਂਕਿ ਉਹਨਾਂ 'ਚ ਕਵੀ ਇੱਕ ਵੀ ਨਹੀਂ, ਉਹ ਤਾਂ ਇਕੱਲੇ ਗਾਉਣ ਵਾਲੇ ਆ, ਸ਼ਾਇਰ ਹੀ ਆ ਉਹ ਤਾਂ ਇਕੱਲੇ। ਕਵੀਸ਼ਰ ਕਵੀ ਵੀ ਆ ਤੇ ਗਾਵੇ ਵੀ, ਇਵੇਂ ਜਥੇ ਬਣ ਗਏ। ਢਾਡੀ ਜਿਹੜਾ ਹੁੰਦਾ ਉਹ ਹਰਗੋਬਿੰਦ ਪਾਤਸ਼ਾਹ 6ਵੇਂ ਪਾਤਸ਼ਾਹ ਨੇ ਅਕਾਲ ਤਖ਼ਤ 'ਤੇ ਜਦੋਂ ਉਹਨਾਂ ਨੇ ਉਹਨਾਂ ਨੂੰ ਪਤਾ ਲੱਗਾ ਵੀ ਮੇਰੇ ਪਿਤਾ ਨੂੰ ਸ਼ਹੀਦ ਕਰਤਾ ਜਹਾਂਗੀਰ ਨੇ, ਅਤੇ ਹੁਣ ਚੂੜੀਆਂ ਪਾਇਆ, ਗੱਡੀ ਨਹੀਂ ਚੱਲਣੀ, ਇੰਨੀ ਨਰਮਾਈ ਵੀ ਬਿਨਾਂ ਕਾਰਨ ਉਹ ਕਤਲ ਕਰ ਦੇਣਾ, ਤਾਂ ਉਹਨਾਂ ਨੇ ਫਿਰ ਲੋਕਾਂ 'ਚ ਨਾਲੇ ਤਖ਼ਤ ਬਣਾ ਕੇ ਦਿੱਤਾ ਅਕਾਲ ਤਖ਼ਤ, ਅਤੇ ਉੱਥੇ ਵਾਰਾਂ ਗਾਈਆਂ ਜਾਂਦੀਆਂ ਸੀਗੀਆਂ, ਵੀਰ ਰਸ ਭਰੀਏ ਲੋਕਾਂ 'ਚ, ਤਾਂ ਉਦੋਂ ਫਿਰ ਉਹ ਹਰਗੋਬਿੰਦ ਪਾਤਸ਼ਾਹ ਨੇ, ਢਾਡੀ ਕਲਾ ਉਹਨਾਂ ਨੇ ਲਿਆਂਦੀ ਹੈ, ਕਵੀਸ਼ਰੀ ਕਲਾ ਹਰਗੋਬਿੰਦ ਪਾਤਸ਼ਾਹ ਨੇ ਲਿਆਂਦੀ ਹੈ।
ਢੱਡਾ ਢਾਡੀ ਆਖਿਆ ਹੀ ਤਾਂ ਆ ਜਾਂਦਾ, ਦੋ ਸਾਈਡਾਂ ਦੇ ਢੱਡਾਂ ਵਾਲੇ ਹੁੰਦੇ ਆ, ਤੀਜਾ ਇੱਕ ਸਰੰਗੀ ਵਾਲਾ ਹੁੰਦਾ, ਚੌਥਾ ਲੈਕਚਰਾਰ ਹੁੰਦਾ। ਇੱਕ ਬੰਦੇ ਦਾ ਸਰ ਜਾਂਦਾ ਜੇ ਢਾਡਾ ਵਾਲਾ ਹੀ ਲੈਕਚਰ ਕਰ ਲਏ ਤਿੰਨ ਚਾਰਾਂ ਨਾਲ ਸਰ ਜਾਂਦਾ। ਕਵਿਛਰੀ 'ਚ ਵੀ ਵੈਸੇ ਚਾਰ ਹੁੰਦੇ ਵੀ ਦੋ ਇਕੱਠੇ ਗਾਉਂਦੇ ਆ, ਇੱਕ ਮੂਹਰੇ ਗਾਉਂਦਾ, ਤਿੰਨ ਇੱਕ ਲੈਕਚਰ ਵਾਲਾ ਹੁੰਦਾ, ਚਾਰ ਜੇ ਮੈਂ ਹੁਣ ਲੈਕਚਰ ਵੀ ਕਰਦਾ ਗਾਉਣਾ ਵੀ ਅਸੀਂ ਤਿੰਨ ਹੀ ਸਾਰ ਲੈਂਦੇ। ਅਸੀਂ ਤਾਂ ਦੋ ਵੀ ਬੜੇ ਪ੍ਰੋਗਰਾਮ ਕੱਢੇ, ਦੋ ਜਣੇ ਵੀ ਮੈਂ ਹੀ ਲੈਕਚਰ ਕਰ ਲੈਣਾ, ਦੋਹਾਂ ਨੇ ਵਾਰੀ ਵਾਰੀ ਗਾਹ ਵੀ ਦੇਣਾ। ਅਤੇ ਸਹੀ ਸੈੱਟ ਘੱਟ ਤੋਂ ਘੱਟ ਤਿੰਨ, ਅਤੇ ਢਾਡੀਆਂ 'ਚ ਵੀ ਘੱਟ ਤੋਂ ਘੱਟ ਤਿੰਨ ਅਤੇ ਵੱਧ ਤੋਂ ਵੱਧ ਚਾਰ ਜੀ। ਔਰ ਜਿਹੜੀਆਂ ਢਾਡੀ ਵਾਰਾਂ ਅਤੇ ਕਵਿਸ਼ਰੀ ਤੁਸੀਂ ਖੁਦ ਦੀ ਲਿਖੀ ਬੋਲਦੇ ਹੋ? ਹਾਂ, ਮੇਰੇ ਜਿਹੜੀ ਵੇਖੋ ਜਿਹੜੀ ਛੰਦਾਬੰਦੀ ਹੈ ਨਾ, ਇਹ ਤਾਂ ਕਾਵਿ ਰੂਪ ਪਿੰਗਲ ਦੇ ਹਿਸਾਬ ਨਾਲ, ਜਿਵੇਂ ਕੋਰੜਾ ਹੈ, ਕੋਰੜਾ ਅਸੀਂ ਕਵਿਛਰੀ 'ਚ ਵੀ ਗਾ ਦਿੰਦੇ ਹਾਂ। ਕੋਰੜਾ ਹੁਣ 13 ਜਾਂ 14 ਮਾਤਰਾ ਦਾ ਹੁੰਦਾ, ਜੇ ਉਹਦਾ ਭਾਰ ਗਿਣੀਏ ਵੀ ਕਿੰਨੇ ਅੱਖਰ ਚਾਹੀਦੇ ਆ, ਤਾਂ ਉਹ ਢੱਡਾਂ 'ਤੇ ਵੀ ਗਾਉਂਦੇ ਆ, ਤਾਲ 'ਚ ਵੀ ਗਾਇਆ ਜਾਂਦਾ। ਜਿਵੇਂ ਸਦੀਕ ਦਾ ਆਹ ਕੋਰੜਾ ਹੀ ਆ, ਲਾਲਾ ਲਾਲਾ ਹੋ ਗਈ ਖਾੜਾ ਗਿਆ ਹੱਲ ਜੀ, ਘਰੋ ਘਰੀ ਤੋੜ 'ਤੇ ਸੁੱਚਾ 'ਤੇ ਮੱਲ ਸੀ, ਸੁੱਚਾ ਸੂਰਮਾ। ਅਤੇ ਇਵੇਂ ਹੋਰ ਛੰਦਾਂ ਦੇ ਨਾਂ ਹੈ, ਜਿਵੇਂ ਸਵਈਆ, ਕਵਿਤ, ਬੈਂਤ, ਉਹ ਰਾਗਾਂ 'ਚ ਵੀ ਗਾਏ ਜਾਂਦੇ ਆ, ਤਾਲ 'ਤੇ ਵੀ ਗਾਇਆ ਜਾਂਦਾ, ਅਤੇ ਕਵਿਛਰੀ 'ਤੇ। ਵੈਸੇ ਜਦੋਂ ਅਸੀਂ ਕਵਿਛਰੀ 'ਚ ਵਾਰ ਗਾਵਾਂਗੇ ਉਦੋਂ ਹੋਰ ਹੋਊਗੀ, ਰੰਗ ਉਹਦਾ ਹੋਰ ਹੋਊਗਾ, ਅਤੇ ਜਦੋਂ ਢੱਡਾਂ 'ਤੇ ਹੋਊ ਉਦੋਂ ਉਹਦਾ ਹੋਰ ਹੋਊ। ਇਹ ਹੈਗਾ ਇੱਕ ਫਰਕ, ਲੋਕ ਪਤਾ ਨਹੀਂ ਕਿਉਂ ਰੱਖੀ ਬੈਠੇ ਆ, ਕਵਿਛਰਾਂ ਨੂੰ ਥੋੜ੍ਹੇ ਪੈਸੇ ਦਿੰਦੇ ਆ, ਢਾਡੀਆਂ ਨੂੰ ਵਾਲੇ ਦਿੰਦੇ। ਮੈਨੂੰ ਢਾਡੀ ਇਹ ਚੰਗਾ ਲੱਗਦਾ ਵੀ ਮੈਂ ਹੁਣ ਢਾਡੀ 25,000 ਚ ਜਾਂਦਾ, ਤੇ ਜੇ ਅਸੀਂ ਕਵਿਛਰ ਹੋ ਗਏ 25 ਮੰਗ ਲੈਂਦੇ, ਅਗਲਾ ਦਾ ਯਾਰ ਤੁਹਾਨੂੰ 5 ਜਾਂ 10 ਤੋਂ ਵੱਧ ਦੇ ਕੇ ਨੀ ਰਾਜੀ। ਕਵਿਛਰ ਸਿਰਫ ਮਿਊਜ਼ਿਕ ਦਾ ਹੀ ਹੈ ਜੇ ਵੇਖੀਏ ਤਾਂ, ਜਿਵੇਂ ਤੁਸੀਂ ਦੱਸਿਆ ਵੇਖੋ ਐ ਦਾ ਹੈਗਾ ਹੀ ਆ ਵੀ ਜਦੋਂ ਤੁਸੀਂ ਉੱਤਰ ਕੇ ਅੱਡੇ ਤੋਂ ਤੁਰਦੇ ਆ ਕਿਸੇ ਦੇ ਘਰ ਨੂੰ, ਉਦੋਂ ਹੀ ਲੋਕਾਂ ਨੂੰ ਪਤਾ ਵੀ ਇਹ ਗਾਉਣ ਵਾਲੇ ਜਾਂਦੇ ਆ, ਘਰੇ ਆ ਕੇ ਸਟੇਜ ਚੜ੍ਹਨ ਤੋਂ ਪਹਿਲਾਂ ਗਾਉਣ ਵਾਲੇ, ਉਦੋਂ ਪ੍ਰਵਾਨ ਕਰ ਲਿਆ ਲੋਕਾਂ ਨੇ ਵੀ ਗਾਉਣ ਵਾਲੇ ਆ। ਕਵਿਛਰ ਇੱਥੇ ਵਿੱਚ ਤੁਰੇ ਫਿਰਦੇ ਆ, ਕਿਸੇ ਨੂੰ ਕੀ ਪਤਾ ਕਿਹੜਾ ਗਾਉਂਦਾ ਕਿਹੜਾ ਨਹੀਂ, ਉਹ ਜੋ ਸਟੇਜ 'ਤੇ ਜਾਂਦੇ ਉਦੋਂ ਪਤਾ ਲੱਗਦਾ, ਅਤੇ ਉਹਨਾਂ ਚਿਰ ਲੋਕ ਤਿਆਰ ਹੀ ਨਹੀਂ, ਮੈਂਟਲੀ ਤਿਆਰ ਹੀ ਨਹੀਂ ਹੁੰਦੇ ਕਿ ਵੀ ਇਹ ਗਾਉਣ ਵਾਲਾ ਪੈਸੇ। ਅਤੇ ਇਸ ਕਰਕੇ ਨਾ ਕਰੇਜ਼ ਤਾਂ ਹੈਗਾ ਵੀ ਢਾਡੀਆਂ ਦੀ ਜ਼ਿਆਦੇ ਆ, ਅਤੇ ਫਿਰ ਮਿਊਜ਼ਿਕ ਦਾ ਯੁੱਗ ਆ। ਮੇਰਾ ਮਿੱਤਰ ਆ, ਬਹੁਤ ਮਸ਼ਹੂਰ ਆ, ਢਾਡੀ ਸ਼੍ਰੋਮਣੀ ਕਮੇਟੀ ਮੈਂਬਰ ਵੀ ਹੈ, ਆਲਮਗੀਰ, ਚਰਨ ਸਿੰਘ ਆਲਮਗੀਰ, ਉਹ ਮੈਂ ਕਿਹਾ ਮਿਲਣ ਗਿਆ, ਮੈਨੂੰ ਉਹਦਾ ਸਰਪੰਚ ਆ ਧਾਨਾ ਤੋਂ, ਇਕੱਲਾ ਇੱਕ ਕਵਿਛਰੀ 'ਚ ਆਪ ਹੀ ਗਾਉਣਾ, ਆਪ ਹੀ ਲਿਖਣਾ, ਆਪ ਹੀ ਲੈਕਚਰ ਕਰਨਾ। ਅਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਤਾਂ 500 ਸਾਲ ਪਹਿਲਾਂ ਰਬਾਬ ਲੈ ਕੇ ਤੁਰ ਪਏ ਸੀ, ਤਾਲ ਲੈ ਕੇ, ਅਤੇ ਤੂੰ ਹਜੇ ਵੀ ਨਹੀਂ ਕੋਈ ਤਾਲ 'ਤੇ ਨਾ ਕੋਈ ਕਰ। ਤਾਂ ਵੇਖੋ ਤਾਲ ਦੀ ਲੋੜ ਤਾਂ ਹੈਗੀ ਆ, ਗੁਰੂਆਂ ਨੇ ਵੀ ਸਾਡਿਆਂ ਨੇ, ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਰਬਾਬ ਚੱਕੀ, ਅਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕੀਰਤਨ ਸ਼ੁਰੂ ਕਰਾ ਤਾ ਜੀ। ਅਤੇ ਤੁਸੀਂ ਕਿੰਨਾ ਚਿਰ ਜਿਹੜੀ ਕਵਿਸ਼ਰੀ ਪਹਿਲਾਂ ਗਾਈ? ਮੈਂ ਵੇਖੋ ਜੀ 87 ਮੰਨ ਲਓ ਦਸੰਬਰ, ਮੈਂ ਚੁੱਲ੍ਹਾ ਸਾਹਿਬ ਦੀ ਤੁਹਾਨੂੰ ਪਹਿਲਾਂ ਗੱਲ ਦੱਸ ਚੁੱਕਿਆ ਵੀ ਹੈ, ਜਦੋਂ ਮੈਂ ਪਹਿਲੀ ਕਵਿਛਰੀ ਦੇ, ਅਤੇ ਮੇਰੀ ਇਹਨੂੰ ਕਿਸਮਤ ਗਿਣ ਲਓ ਅਤੇ ਇਹਨੂੰ ਕੁਛ ਗਿਣ ਲਓ, ਮੈਂ ਜਿਹੜੀਆਂ ਪਹਿਲੀਆਂ ਚਾਰ ਸਟੇਜਾਂ, ਚਾਰਾਂ ਦੇ ਹੀ ਪਰਚੇ TDA ਐਕਟ ਲੱਗਾ ਮੇਰੇ 'ਤੇ, ਜੁਗਨੀ ਦੇ ਆ। ਉਹ ਕਿਉਂ ਲੱਗਾ ਮਤਲਬ? ਉਹ ਵੀ ਬਰਨਾਲਾ ਸਰਕਾਰ ਸੀ, ਉਹ ਉਲਟ ਸੀ ਅਕਾਲੀ ਦਲ 'ਚ, ਜਿਹੜੇ ਪੋਲੀਟੀਕਲ ਬੰਦੇ ਅਕਾਲੀ ਕਾਂਗਰਸ ਆਪਣੇ ਤਾਂ ਪਰਚੇ ਵਿਰੋਧ 'ਚ ਕੱਟਦੇ ਆ, ਕੰਮ 'ਚ ਤਾਂ ਤਾਂ ਨਹੀਂ ਕੱਟਦੇ, ਜੇ ਤਾਂ ਕਤਲ ਕੀਤਾ ਤਾਂ ਉਹਨਾਂ ਦਾ ਬੰਦਾ ਨਹੀਂ ਵੀ ਕੱਟਦੇ, ਅਤੇ ਜੇ ਕਿਸੇ ਨੇ ਛਿੱਕ ਮਾਰਤੀ ਤਾਂ ਇਹਨਾਂ ਨੇ ਛਿੱਕ ਨੂੰ ਗਾਲ ਵਿਖਾ ਦੇਣਾ ਵੀ ਉੱਤੋਂ ਫੋਨ ਆ ਜਾਣਾ MLA ਦਾ ਵੀ ਇਹਦੇ 'ਤੇ ਕੱਟੋ।
ਮਤਲਬ ਤੁਹਾਡੀ ਕਲਮ ਦਾ ਲਿਖਿਆ ਕਰਕੇ ਨਹੀਂ ਤੁਹਾਡੇ ਤੇ ਪਰਚੇ ਕੱਟੇ ਗਏ ਕੋਈ ਹਾਂ ਆਪਸੀ ਉਹ ਉਦੋਂ ਬਰਨਾਲਾ ਸਰਕਾਰ ਸੀ ਸਾਰੇ ਅਕਾਲੀ ਉਹਦੇ ਨਾਲ ਟੁੱਟ ਗਏ ਸੀ ਤੇ ਅਸੀਂ ਸੰਤ ਭਿੰਡਰਾਂ ਦੇ ਪਰਿਵਾਰ ਨਾਲ ਸੀ ਉਹਨਾਂ ਦੇ ਲੋਕਾਂ ਨੂੰ ਜਗਾਉਂਦੇ ਆ ਸਟੇਜਾਂ ਸਾਡੇ ਉਲਟ ਬੋਲਦੇ ਆ ਤਖਤਾ ਪਲਟਦੇ ਟੀ ਡੀ ਐਕਟ ਤਖਤਾ ਪਲਟਣ ਦਾ ਹੀ ਹੁੰਦਾ ਤਖਤਾ ਪਲਟਿਆ ਜਾਵੇ ਜਾਂ ਨਾ ਪਲਟਿਆ ਜਾਵੇ ਪੁਲਿਸ ਵਾਲਿਆਂ ਨੇ ਧਾਰਾ ਤਾਂ ਉੱਤੋਂ ਹੁਕਮ ਦੇ ਹਿਸਾਬ ਨਾਲ ਲਾਉਣੀ ਉਹ ਲਾਤੀ ਸਾਡੇ ਤੇ ਸਾਡੀ 6 ਮਹੀਨੇ ਜਮਾਨਤ ਨਹੀਂ ਹੋਈ ਜਥੇ ਸਾਰੇ ਦੀ ਤੇ ਉਦੋਂ ਫਿਰ ਕਵਿਛਰੀ ਤੋਂ ਬਾਅਦ ਮੇਰਾ ਸਾਥੀ ਕਵਿਛਰੀ ਅਸੀਂ ਕਰਦੇ ਕਰਦੇ 17 ਤੱਕ ਆ ਗਏ ਵੇਖ ਲਓ 87 ਤੋਂ 17, 13, 17, 30 ਸਾਲ 2017 ਤੱਕ ਆ ਗਏ ਹਾਂ 2017 'ਚ ਮੇਰਾ ਸਾਥੀ ਜਗਜੀਤ ਸਿੰਘ ਦਾਨਾ ਰਮਾਣਾ ਪਿੰਡ ਉਹਨਾਂ ਦਾ ਅਤੇ ਉਹ ਬਤੌਰ ਗ੍ਰੰਥੀ ਕੈਨੇਡਾ ਜਾਂਦਾ ਰਿਹਾ ਜੀ ਟੋਰਾਂਟੋ ਦੇ ਵਿੱਚ ਇੱਕ ਸ਼ਹਿਰ ਹੈਮਿਲਟਨ ਬਾਬਾ ਬੁੱਢਾ ਸਾਹਿਬ ਦਾ ਗੁਰਦੁਆਰਾ ਬਹੁਤ ਪਾਪੂਲਰ ਉੱਥੋਂ ਦੇ ਕੰਮ ਵੀ ਕਮੇਟੀ ਨੇ ਬਹੁਤ ਚੰਗੇ ਕੀਤੇ ਉਹ ਸਰਦਾਰ ਨਿਰਮਲ ਸਿੰਘ ਇੱਥੇ ਵਿਆਹੇ ਆ ਅਤੇ ਉਹਨਾਂ ਦੇ ਫਿਰ ਮਿੱਤਰਤਾ ਵੀ ਸੀ ਉਹਨਾਂ ਨੇ ਇਹਨਾਂ ਨੂੰ ਬਤੌਰ ਗ੍ਰੰਥੀ ਬੁਲਾ ਲਿਆ ਉੱਥੇ ਇਹਨੇ ਜੁਗਣੀ ਸੁਣਾ ਤੀ ਅਤੇ ਉਹ ਆਂਹਦੇ ਯਾਰ ਤੂੰ ਜੁਗਣੀ ਇਹ ਆਂਹਦਾ ਮੈਂ ਅਗਲੀ ਵਾਰ ਉਹ ਬੰਦਾ ਹੀ ਲਈ ਆਊਂ ਜੁਗਣੀ ਵਾਲਾ ਅਤੇ ਜਥਾ ਹੀ ਲਈ ਆਊਂ ਉਹ ਦੂਜੀ ਵਾਰ ਸਾਨੂੰ ਫਿਰ ਸੱਦ ਲਿਆ ਜਥੇ ਨੂੰ ਅਸੀਂ 3 ਜਣੇ ਫਿਰ ਅਸੀਂ ਵੀ ਸੁਣਾ ਕੇ ਆਏ ਹੁਣ ਐਤਕੀ ਫਿਰ ਇਹ ਇਕੱਲਾ ਜਾ ਆਇਆ ਤੇ ਫਿਰ ਇਹਨੂੰ ਆਹਦੇ ਵੀ ਤੂੰ ਉਹਨਾਂ ਨੂੰ ਨਹੀਂ ਲਿਆ ਉਹ ਅਸੀਂ ਇੱਥੇ ਢਾਡੀ ਸੀਗੇ ਜਦੋਂ ਇਹ ਪਹਿਲੀ ਵਾਰ ਗਿਆ ਤੇ ਸਾਡੇ ਪ੍ਰੋਗਰਾਮ ਮਗਰ ਰਹਿੰਦੇ ਸੀ ਬੁੱਕ ਹੋਏ ਅੱਛਾ ਜੀ ਮੈਂ ਫਿਰ ਮੁੰਡੇ ਢਾਡੀਆਂ ਨਾਲ ਗੱਲ ਕੀਤੀ ਉਹ ਢਾਡੀ ਵੀ ਮੁੰਡੇ ਮੇਰੇ ਹੁਣ ਅੱਜ ਟੀਮ ਆਈ ਤੁਹਾਨੂੰ ਵਿਖਾ ਦੇਣਗੇ ਤਾਂ ਉਹਨਾਂ ਨਾਲ ਸਾਰੇ ਪ੍ਰੋਗਰਾਮ ਕੱਢੇ ਅਗਲਾ ਸਾਲ ਵੀ ਕੱਢਿਆ ਤਾਂ ਫਿਰ ਹੁਣ ਵੀ ਇਹ ਫਿਰ ਜਦੋਂ ਜਾਂਦਾ ਰਿਹਾ ਤਾਂ ਫਿਰ ਸਾਡਾ ਹੁਣ ਢਾਡੀ ਤੁਰਿਆ ਆਉਂਦਾ ਜੇ ਕੋਈ ਆਖੇ ਵੀ ਸਾਨੂੰ ਕਵਿਛਰੀ ਉਸ ਵੇਖੋ 2-3 ਪਿੰਡ ਇਹ ਜੇ ਮੈਨੂੰ ਪ੍ਰੋਗਰਾਮ ਉਹ ਆਉਂਦੇ ਵੀ ਜੇ ਤਾਂ ਤੁਸੀਂ ਕਵਿਛਰ ਆ ਤਾਂ ਆ ਜਾਓ ਅਸੀਂ ਤਾਂ ਕਵਿਛਰੀ ਸੁਣਦੇ ਹਾਂ ਅੱਛਾ ਉਹ ਢਾਡੀ ਵਾਰਾਂ ਨੂੰ ਢਾਡੀ ਨਹੀਂ ਹੁੰਦੀ ਆ ਇੱਥੇ ਸਾਡੇ ਬਾਂਦਰ ਡੋੜ ਬਾਜੇਖਾਨੇ ਕੋਲੇ ਬਾਂਦਰ ਆ ਮੋਗੇ ਦਾ ਪਿੰਡ ਤਾਂ ਤੇ ਡੋੜ ਬਾਂਦਰ ਤਾਂ ਨੇ ਸਾਡਾ ਪੁਰਾਣਾ ਪਿੰਡ ਡੋੜ ਉਹਦੇ ਨਾਲ ਹੀ ਆ ਤੇ ਉਹ ਐਤਕੀ ਮੈਨੂੰ ਆਉਂਦੇ ਸੀਗੇ ਵੀ ਕਵਿਛਰੀ ਕਰਦੇ ਕਿ ਢਾਡੀ ਹੋ ਮੈਂ ਕਿਹਾ ਹੁਣ ਤਾਂ ਢਾਡੀ ਆ ਤੇ ਮਹਾਂ ਮੇਰੇ ਨਾਲ ਦਾ ਮੁੰਡਾ ਤਾਂ ਬਾਹਰ ਕਿਉਂ ਆਉਂਦਾ ਅਸੀਂ ਤਾਂ ਕਵਿਛਰੀ ਸੁਣਨੀ ਆ ਅੱਛਾ ਜੀ ਐਂ ਹੈ ਕਈ ਬੰਦੇ ਆਏ ਆਖਦੇ ਆ ਵੀ ਨਹੀਂ ਕਵਿਛਰੀ ਨਹੀਂ ਢਾਡੀ ਲਿਆਓ ਤੇ ਤੁਸੀਂ ਕਿੰਨੀਆਂ ਕੁ ਕਿਤਾਬਾਂ ਮਤਲਬ ਇਹਦੇ ਤੇ ਲਿਖੀਆਂ ਜਿਸ ਤਰ੍ਹਾਂ ਤੁਸੀਂ ਕਵਿਛਰੀ ਕਿਤਾਬਾਂ ਨਹੀਂ ਮੈਂ ਵੈਸੇ ਤਾਂ ਜਿਹੜਾ ਮੇਰਾ ਮੈਂ ਸਾਂਭਣ ਦੀ ਕੋਸ਼ਿਸ਼ ਕੀਤੀ ਮੈਂ ਬੰਦੇ ਦਾ ਪਤਾ ਨਹੀਂ ਹੁੰਦਾ ਕਿਉਂਕਿ ਮੇਰਾ ਹੁਣ ਬਦਲ ਗਿਆ ਖੇਤਰ ਬਦਲ ਗਿਆ ਪਹਿਲਾਂ ਮੈਂ ਸੱਭਿਆਚਾਰ ਮਾਨ ਸਾਹਿਬ ਦਾ ਸ਼ਾਗਿਰਦ ਸਾਂ ਬਹੁ ਮਾਨ ਮਰਨ ਵਾਲਿਆਂ ਦਾ ਤਾਂ ਮੈਂ ਕਿਤਾਬ ਸੱਜਣਾ ਦਾ ਸਿਰਨਾਵਾ ਲਿਖੀ ਸੁਹਾਰਾ ਮੈਂ ਇਹਦੇ 'ਚ ਜੋ ਲਿਖਿਆ ਸੀ ਸਾਹਮ ਤੋਂ ਮੁੜ ਕੇ ਮੈਂ ਫਿਰ ਇਤਿਹਾਸ ਪਹਿਲਾਂ ਖਾੜਕੂ ਇਤਿਹਾਸ ਤੋਂ ਫਿਰ ਮੈਂ ਦੂਜਾ ਸਿੱਖ ਇਤਿਹਾਸ ਇਹ ਲਿਖਣ ਲੱਗ ਪਿਆ ਹੁਣ ਮੇਰੀ ਜਦੋਂ ਕਿਤਾਬ ਸ਼ਬਦੀ ਆਪਣੀ ਲਿਖਾਰੀ ਸਭਾ ਸਾਧਕ ਸਾਲ 'ਚ ਕਿਤਾਬ ਸ਼ਬਦੀ ਸ਼ਬਦੀ ਸਾਂਝੀ ਉਹਦੇ 'ਚ ਮੈਂ ਇਤਿਹਾਸ ਆਪਦਾ ਥੋੜ੍ਹਾ ਥੋੜ੍ਹਾ ਕਰਕੇ ਸਾਂਭੀ ਜਾਂਦਾ ਤੇ ਵੈਸੇ ਹੁਣ ਮੈਂ ਕਿਤਾਬ 'ਚ ਇਕੱਠਾ ਕਰਕੇ ਲਿਖਣ ਦੀ ਮੈਂ ਤਿਆਰੀ 'ਚ ਹਾਂ ਵੀ ਸਾਰਾ ਇਤਿਹਾਸ ਮੈਂ ਗੁਰੂ ਗੋਬਿੰਦ ਸਿੰਘ ਦੇ ਜੀਵਨ 'ਚੋਂ ਕਈ 4-5 ਇਤਿਹਾਸ ਹੈ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਇਸ ਤਰ੍ਹਾਂ ਜਿਵੇਂ ਜਿਵੇਂ ਸਾਨੂੰ ਲੋੜ ਪੈਂਦੀ ਸਮਝ ਲਓ ਰੁਜ਼ਗਾਰ ਵੀ ਬਣ ਗਿਆ ਜੋ ਲੋਕ ਪੈਸੇ ਦਿੰਦੇ ਆ ਤੇ ਜੇ ਘਰੋਂ ਕੰਮ ਛੱਡਿਆ ਹੁੰਦਾ ਫਿਰ ਘਰਦਿਆਂ ਦਾ ਵੀ ਇਹ ਹੁੰਦਾ ਨਹੀਂ ਤਾਂ ਘਰਦੇ ਜਾਣ ਹੀ ਨਾ ਦੇਣ ਵੀ ਤੂੰ ਤਾਂ ਘਰੇ ਵੀ ਨਹੀਂ ਕਰਦਾ ਤੇ ਬਾਹਰੋਂ ਵੀ ਕੁਛ ਨਹੀਂ ਲਿਆਉਂਦਾ ਜਦੋਂ ਬਾਹਰੋਂ ਬਣਦੇ ਹੋਣ ਤਾਂ ਉਦੋਂ ਘਰਦੇ ਵੀ ਚੁੱਪ ਕਰ ਜਾਂਦੇ ਆ ਤੇ ਫਿਰ ਉਹਨੂੰ ਬਤੌਰ ਰੁਜ਼ਗਾਰ ਵੀ ਤੋਰ ਲਿਆ ਪਹਿਲੀ ਮੈਂ ਠੇਕੇ 'ਤੇ ਦੇ ਦਿੰਦਾ 10-12 ਕਿੱਲੇ ਮੇਰੇ ਕੋਲ ਹੈਗੀ
ਅਤੇ ਮੇਰਾ ਸੁਭਾਅ ਵੀ ਐਵੇਂ ਹੀ, ਮੈਂ ਤਾਂ ਬੱਚਿਆਂ ਨੂੰ ਵੀ ਆਉਣਾ ਵੀ ਜਿਹੜਾ ਕੰਮ ਕਰਨਾ ਉਹਨੂੰ ਸਮਰਪਿਤ ਹੋ ਕੇ ਕਰੋ, ਬਿਲਕੁਲ ਦੋ ਤਿੰਨ ਕੰਮ ਨਹੀਂ ਕਿ ਵਿੱਚ ਖੇਤੀ ਵਿੱਚ ਬਾਹਰਲਾ ਜੀ। ਅਤੇ ਹੁਣ ਮੈਂ ਉਹਨੂੰ ਕੈਸਟਾਂ ਵੀ ਹੈਗੀਆਂ ਸਾਡੀਆਂ ਇੱਕ ਦੋ, ਅਤੇ ਕਿਤਾਬ ਦੇ ਰੂਪ 'ਚ ਵੀ ਕਰਾਂਗੇ ਜੀ। ਔਰ ਤੁਹਾਡੇ ਨਾਲ ਗੱਲਾਂ ਬਾਤਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰੱਖ। ਬ੍ਰੇਕ ਤੋਂ ਬਾਅਦ ਫਿਰ ਤੋਂ ਸਵਾਗਤ ਹੈ, ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਸਾਹਿਤ ਦੇ ਸੰਗ। ਔਰ ਸਰ, ਜਿਸ ਤਰ੍ਹਾਂ ਕਿ ਤੁਸੀਂ ਕਵੀਸ਼ਰੀ ਅਤੇ ਢਾਡੀ ਹੈ ਨਾ ਲਿਖਦੇ ਵੀ ਹੋ, ਗਾਉਂਦੇ ਵੀ ਹੋ, ਅਤੇ ਤੁਸੀਂ ਇਸੇ ਬੇਸ 'ਤੇ ਤੁਸੀਂ ਤੁਹਾਡਾ ਕੈਨੇਡਾ ਦਾ ਟੂਰ ਵੀ ਲੱਗਿਆ, ਜਿਹੜੇ ਉੱਥੋਂ ਦੇ ਸੁਣਨ ਵਾਲੇ ਲੋਕ ਆ ਉਹ ਜ਼ਿਆਦਾ ਮਤਲਬ ਧਾਰਮਿਕ ਸੁਣਨਾ ਪਸੰਦ ਕਰਦੇ ਆ, ਅਤੇ ਤੁਹਾਨੂੰ ਕਿਵੇਂ ਦਾ ਰਿਸਪੋਂਸ ਮਿਲਿਆ? ਉੱਧਰ ਐਂ ਆ ਜੀ, ਜਿਹੜੇ ਤਾਂ ਸੱਭਿਆਚਾਰਕ ਵਾਲੇ ਆ, ਹੁਣ ਇਹ ਮੁੰਡੇ ਦੂਜੇ ਕਲਾਕਾਰ ਵੀ ਸਾਰੇ ਜਾਂਦੇ ਆ, ਉਹਨਾਂ ਦਾ ਪ੍ਰਬੰਧ ਕਰਨ ਵਾਲੇ ਵੱਖਰੇ ਆ, ਕੋਈ ਖਿਡਾਰੀਆਂ ਦਾ ਮੇਲਾ ਲਾਉਣ ਵਾਲੇ ਵੱਖਰੇ ਆ, ਜਿਹੜੇ ਸੱਭਿਆਚਾਰਕ ਜਾਂਦੇ ਆ ਗਾਉਣ, ਹਰਭਜਨ ਮਾਨ ਆ, ਦੂਜੇ ਆ ਗੁਰਦਾਸ ਮਾਨ ਆ, ਇਹਨਾਂ ਦੇ ਵੱਖਰੇ ਉਹ ਆਪਦਾ ਕੋਈ ਪੈਲਸ ਕੋਈ ਕਿਤੇ ਵੀ ਕਰ ਲੈਂਦੇ। ਜਿਹੜਾ ਸਾਡਾ ਆਉਂਦਾ, ਸਾਡਾ ਸਾਨੂੰ ਸਾਡੇ ਗੁਰਦੁਆਰਾ ਸਾਹਿਬ ਵਾਲੇ, ਗੁਰਦੁਆਰਾ ਸਾਹਿਬ ਦੀ ਕਮੇਟੀ, ਉੱਧਰ ਇਹ ਚੀਜ਼ ਆ, ਉੱਧਰ ਆਪਣੇ ਨੂੰ ਸਿੱਖੀ ਪੱਕੀ ਆ, ਸਿੱਖੀ ਵਧੀਆ, ਲੋਕ ਸਿਆਣੇ ਢੰਗ ਨਾਲ ਕਰਦੇ, ਆਪਣੇ ਤਾਂ ਕਮਲ ਬੜਾ ਵੜਿਆ ਪਿਆ ਸਿੱਖੀ ਦੇ ਨਾਂ ਤੇ। ਦੇਖੋ ਉੱਥੇ ਅਸੀਂ ਬਾਬਾ ਬੁੱਢਾ ਸਾਹਿਬ ਦੇ ਗੁਰਦੁਆਰਾ ਸਾਹਿਬ ਸੀਗੇ ਹਮਿਲਟਨ, ਟੋਰਾਂਟੋ ਹਵਾਈ ਅੱਡਾ ਉਹਨਾਂ ਦਾ, ਤਾਂ ਉਹਨਾਂ ਨੇ ਕੋਈ ਦਿਨ ਨਹੀਂ ਜੋ ਡਾਇਰੀ 'ਚ ਲਿਖਿਆ, ਆਪਣੇ ਤਾਂ ਗੁਰੂ ਗੋਬਿੰਦ ਸਿੰਘ ਦਾ ਦਿਨ ਮਨਾਉਂਦੇ ਆ ਜਾਂ ਗੁਰੂ ਨਾਨਕ ਦਾ, ਦੂਜੇ ਤਾਂ ਲੋਕਾਂ ਨੂੰ ਨਹੀਂ ਪਤਾ ਵੀ ਗੁਰੂ ਸਾਡੇ ਦਾਸ ਹੋਏ ਆ, ਤੇ ਦੂਜੇ ਗੁਰੂਆਂ ਦੇ ਜਨਮ ਦਿਨ, ਉਹਨਾਂ ਦੇ ਸ਼ਹੀਦੀ ਦਿਨ, ਉਹਨਾਂ ਦੇ ਕੋਈ ਵਿਆਹ ਦਾ ਦਿਨ, ਉਹ ਨਹੀਂ ਮਨਾਉਣੇ, ਉਹਨਾਂ ਦਾ ਜੋ ਡਾਇਰੀ 'ਤੇ ਆ ਗਿਆ। ਵੇਖੋ ਸਭ ਤੋਂ ਛੋਟੇ ਗੁਰੂ ਸਾਡੇ ਅੱਠਵੇਂ ਗੁਰੂ ਹੋਏ ਆ, ਜਿਹੜੇ 8 ਸਾਲ 'ਚ ਦੇ ਸੀਗੇ ਅਤੇ ਉਹ ਸੁਰਗਵਾਸ ਜੋਤੀ ਜੋਤ ਸਮਾ ਗਏ, ਅਤੇ ਉਹਨਾਂ ਦਾ ਦਿਨ ਵੀ ਮਨਾਇਆ ਜਾਂਦਾ, ਉਹਨਾਂ ਦਾ ਇਤਿਹਾਸ ਵੀ ਗਾਉਂਦੇ ਆ, ਜਿੱਦਣ ਉਹਨਾਂ ਦਾ ਹੁੰਦਾ ਉਦਾਂ ਦਾ ਮਨਾਇਆ ਜਾਂਦਾ, ਜਿੱਦਣ ਸੱਤਵੇਂ ਪਾਤਸ਼ਾਹ ਦਾ ਹੈਗਾ, ਛੇਵੇਂ ਦਾ ਆ ਗਿਆ, ਗੁਰੂ ਨਾਨਕ ਤੋਂ ਲੈ ਕੇ ਉਹਨਾਂ ਨੇ ਸਾਰੇ ਹੀ ਮਨਾਉਣੇ, ਜਿਹੜੇ ਦਿਨ ਮਹੀਨੇ 'ਚ ਜਿਹੜਾ ਆ ਗਿਆ, ਸਾਨੂੰ ਪਹਿਲਾਂ ਕਹਿ ਦੇਣਾ ਵੀ ਆਹ ਦਿਨ ਅਖੰਡ ਪਾਠ ਉਹਨਾਂ ਨੇ ਰਖਾ ਦੇਣਾ, ਸਨਿਚਰ ਆਏ ਤਾਂ ਉਹਨਾਂ ਦਾ ਇੰਜੋਏ 'ਚ ਐਵੇਂ ਹੀ ਜਾਂਦਾ, ਜਿਹੜੇ ਗੁਰਦੁਆਰੇ ਆਉਣ ਵਾਲੇ ਗੁਰਦੁਆਰੇ ਆਣ ਕੇ ਕਰ ਜਾਂਦੇ ਆ, ਵਿਆਹ ਸ਼ਾਦੀ ਵੀ ਉਹਨਾਂ ਦਾ ਜੀ ਏਡਾ ਵਧੀਆ ਪ੍ਰੋਗਰਾਮ ਆ, ਉੱਥੇ ਬੁਕਿੰਗ ਕਰਾ ਦੇਣੀ ਆ, ਤੇ ਰੋਟੀ ਟੁੱਕ ਦਾ ਉਹਨਾਂ ਨੇ ਪੁੱਛ ਲੈਣਾ ਕਿੰਨੇ ਬੰਦੇ ਤੇ ਕਿਹੋ ਜਿਹਾ, ਜੇ ਐਕਸਟਰਾ ਕੋਈ ਵੱਧ ਕੋਈ ਅਮੀਰ ਆਪਦੀ ਅਮੀਰੀ ਵਿਖਾਉਣੀ ਚਾਹੁੰਦਾ ਉਹ ਲਿਖ ਕੇ ਦੇ ਜਾਓ, ਤੇ ਵੱਖਰਾ ਖਰਚਾ ਪਕਾਰ ਜੋ ਉਵੇਂ ਕਰ ਦਿਆਂਗੇ, ਨਹੀਂ ਦਾਲ ਫੁਲਕਾ ਤੇ ਪਕੌੜੇ ਚਾਹ ਨਾਲ, ਇਹ ਹਰ ਇੱਕ ਵਾਸਤੇ ਹੀ ਆ, ਤੇ ਨਾਲ ਦੀਵਾਨ ਜਿਹੜੇ ਢਾਡੀ ਸੱਦੇ ਆ, ਕੀਰਤਨੀ ਸੱਦੇ ਆ, ਉਹਨਾਂ ਨੇ ਲਾਉਣੇ ਹੀ ਲਾਉਣੇ ਆ, ਭਾਵਾਂ ਭੋਗ ਆ, ਖੰਡ ਪਾਠ ਦਾ, ਖੁਸ਼ੀ ਦਾ, ਵਿਆਹ। ਤੇ ਵੇਖੋ ਅਸੀਂ ਹੁਣ 3 ਜਣੇ ਸੀ, ਤੇ ਅਸੀਂ 6 ਮਹੀਨਿਆਂ 'ਚੋਂ ਅਸੀਂ 10 ਦਿਨ ਛੱਡੇ, 180 ਦਿਨ ਦਿੰਦੇ ਉਹ ਮਹੀਨਾ ਕੱਤਿਆ ਐਂ ਨਹੀਂ ਗਿਣਦੇ, ਉਹ ਤਾਂ 6 ਮਹੀਨੇ ਤੇ 30 ਦਿਨਾਂ ਦਾ ਮਹੀਨਾ ਗਿਣ ਕੇ 180 ਦਿਨ, ਤੇ ਅਸੀਂ 170 ਲਾ ਕੇ ਆਏ, ਤੇ ਅਸੀਂ 18 ਲੱਖ ਕਮਾਇਆ, ਤੇ 3-6 ਲੱਖ ਆ ਗਏ, ਤੇ ਲੱਖ ਰੁਪਈਆ ਇੰਡੀਆ 'ਚ ਕਮਾਉਣਾ ਔਖਾ, ਮਾੜੇ ਜਥੇ ਨੂੰ ਤਾਂ 50,000 ਨਹੀਂ ਬਣਦਾ, ਜਿਹੜਾ ਨਾਮਵਰ ਜਥਾ ਉਹ ਕੋਈ 2 ਲੱਖ ਇੱਕ ਬੰਦਾ ਜਾਂ ਲੱਖ ਸਾਲ 'ਚ ਕਮਾਉਂਦਾ, ਤੇ ਉੱਥੇ ਅਸੀਂ 6 ਮਹੀਨਿਆਂ 'ਚ 3-3 ਲੱਖ ਕਮਾ ਲਏ, ਤੇ ਉਹ ਲੋਕ ਕਦਰ ਵੀ ਕਰਦੇ ਉਹਨਾਂ 'ਚ, ਸਿੱਖੀ ਨੂੰ ਸਾਂਭਣ ਦਾ ਕੰਮ ਕਰਦੇ ਉਹ, ਬਿਲਕੁਲ ਉਹ ਬੰਦੇ ਦੀ ਹੈਲਪ ਵੀ ਕਰਦੇ ਆ, ਜੇ ਬੰਦਾ ਲੱਤ ਨਹੀਂ ਨਾ ਲਾਉਂਦਾ ਵੀ ਮੈਂ ਨਿਰਭਰ ਹੀ ਇਹਦੇ 'ਤੇ ਰਵਾਂ, ਫਿਰ ਉਹਨੂੰ ਆਖ ਵੀ ਦਿੰਦੇ ਵੀ ਮਹੀਨੇ ਕੁ ਮਗਰ ਬਈ ਹੁਣ ਤੂੰ ਆਪਦਾ ਜਦੋਂ ਲੱਭ ਲਾ ਜਾਂ ਮੁੜ ਜਾ, ਅਸੀਂ ਮਹੀਨਾ ਤੈਨੂੰ ਮਦਦ ਕਰ ਸਕਦੇ, ਕਰਤੀ
ਉਹ ਉਹਨਾਂ ਲੋਕਾਂ 'ਚ ਆਪਣੇ ਨੂੰ ਸਿੱਖੀ ਆਪਣੇ ਮਰਿਆਦਾ ਦੀ ਇੱਕ ਤਾਂ ਬਾਹਲੀ ਲੋਕਾਂ ਨੂੰ ਨਾ ਦੱਸਣ ਦੀ ਆਪਦਾ ਆਪ ਵਿਖਾਉਣ ਮਾਰਿਆ ਵੀ ਜਿੱਡਾ ਵੱਡਾ ਬਾਹਲਾ ਧਾਰਮਿਕ ਜਿਹਾ ਦਿਸੇ ਉਨਾ ਹੀ ਖਣੀ ਲੋਕ ਬਾਹਲਾ ਮੰਨਦੇ ਆ। ਤੁਹਾਨੂੰ ਨਹੀਂ ਲੱਗਦਾ ਵੀ ਆਪਣੇ ਜਿਹੜੇ ਹੈਗੇ ਆ ਲੋਕ ਧਰਮ ਦੇ ਨਾਂ ਤੇ ਮਤਲਬ ਬਹੁਤ ਕੁਛ ਹੋ ਰਿਹਾ? ਹਾਂ, ਗਲਤ ਵੀ ਕਰ ਰਹੇ, ਧਰਮ ਦਾ ਆਸਰਾ ਲੈਂਦੇ ਆਪਣੇ ਨੂੰ, ਉਹ ਕਮਾਉਂਦੇ ਆ ਧਰਮ ਨੂੰ, ਸੱਚੀ ਮੁੱਚੀ ਕਮਾਉਂਦੇ ਆ। ਵੀ ਜੇ ਵੇਖੋ ਉੱਥੇ ਕੋਈ ਚਰਨ ਕੁੰਡ ਨਹੀਂ ਬਣਿਆ, ਲੋਕ ਕਮਰਾ ਆਇਆ ਜਰਾਬਾਂ ਲਾਹ ਤੀਆਂ ਜੁੱਤੀ ਲਾਹ ਤੀ ਤੇ ਉਹ ਜਾਵੜੇ, ਤੇ ਆਪਣੇ ਦਾ ਚਰਨ ਕੁੰਡ ਲੰਮਾ ਆਇਆ ਕਰੀ ਜਾਂਦੇ, ਇਹ ਪਾਸੇ ਦੀ ਟੱਪ ਜਾਂਦਾ, ਜਰਾਬਾਂ ਨਹੀਂ ਲਾਉਂਦਾ, ਹੋਰ ਚੌੜਾ ਕਰ ਦੋ ਚਰਨ ਕੁੰਡ, ਉੱਥੇ ਉੱਥੇ ਕਿਵੇਂ ਸਰਦਾ? ਸਰਦਾ ਹੀ ਆ, ਉਹ ਦਿਲੋਂ ਕਰਦੇ ਆ ਜਿਹੜਾ ਕੰਮ, ਆਪਣਾ ਵਿਖਾਵਾ ਬਾਹਲਾ ਕਰਦੇ। ਪਰ ਤੁਸੀਂ ਧਰਮ ਨੂੰ ਬਚਾਉਣ ਲਈ ਹੀ ਜਿਹੜਾ ਜ਼ਿਆਦਾ ਇਤਿਹਾਸ ਜਿਹੜਾ ਤੁਸੀਂ ਲਿਖਿਆ ਉਹ ਧਾਰਮਿਕ ਲਿਖਿਆ? ਅਸੀਂ ਜੀ, ਮੈਂ ਕੋਸ਼ਿਸ਼ ਸੁਭਾਅ ਹੀ ਇਹੋ ਜਿਹਾ, ਮੈਂ ਇੰਨਾ ਵਿਖਾਵੇ ਦਾ ਧਰਮੀ ਵੀ ਨਹੀਂ ਗਾ ਵੀ ਮੈਂ ਜੋ ਵੇਖੋ, ਮੈਂ ਪੰਜ ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਨੂੰ ਪੰਜ ਰਹਿਤਾਂ ਦੱਸੀਆਂ ਤੇ ਚਾਰ ਕਰੇਤਾਂ ਦੱਸੀਆਂ, ਤੇ ਕਰੇਤਾਂ 'ਚ ਵੀ ਇੱਕ ਤਾਂ ਦਬਲ ਹੀ ਆ ਵੀ ਪੰਜ ਰਹਿਤਾਂ 'ਚ ਪੇ ਕਿਹਾ ਕੇਸ ਨਹੀਂ ਕਟਾਉਣੇ, ਰਹਿਤਾਂ 'ਚ ਕਿਹਾ ਕੇਸ ਰੱਖਣੇ, ਕਰੇਤਾਂ 'ਚ ਫਿਰ ਦੂਰ ਲਈ ਕੇਸ ਨਹੀਂ ਕਟਾਉਣੇ, ਉਹ ਇੱਕ ਹੀ ਮੰਨੀ ਜਾਊਗੀ, ਦੋਵੇਂ ਪਾਸੇ ਲਾਈ ਆ ਵੇਖ ਲਓ ਕਹਿੰਦੇ। ਤੇ ਇਹ ਰਹਿਤਾਂ ਹੀ ਬੜੀਆਂ ਜੇ ਬੰਦਾ ਰੱਖ ਲਏ। ਮੈਂ ਹੁਣ ਇਹ ਮੋਬਾਈਲ 'ਤੇ ਵੇਖਣਾ ਹੁੰਦਾ ਲੋਕਾਂ ਦੇ ਕੈਲੰਡਰ ਲਾਏ ਪਏ ਆ, ਐਵੇਂ ਨਾਂ 'ਤੇ ਹਜ਼ੂਰ ਸਾਹਿਬ ਗੁਰੂ ਸਾਹਿਬ ਨੇ 52 ਬਚਨ ਦਿੱਤੇ ਆ, ਆਹ ਵੀ ਨਹੀਂ ਕਰਨਾ, ਆਹ ਵੀ ਨਹੀਂ ਕਰਨਾ, ਨੈਗੇਟਿਵ ਸੋਚ, ਐਵੇਂ ਨਹੀਂ ਕਰਨਾ, ਐਵੇਂ ਨਹੀਂ ਕਰਨਾ, ਐਵੇਂ ਨਹੀਂ ਕਰਨਾ, ਐਂ ਕਹੋ ਆਹ ਵੀ ਕਰੋ, ਆਹ ਵੀ ਕਰੋ, ਆਹ ਵੀ ਕਰੋ, ਆਹ ਵੀ ਕਰੋ, ਬੰਦਾ ਆਜ਼ਾਦੀ ਭਾਲਦਾ ਹੈ। ਇਹ ਗੁਲਾਮੀ ਦੀਆਂ ਗੱਲਾਂ ਹੀ ਆ ਵੀ ਆਹ ਸਿਮ ਨਹੀਂ ਕਰ ਦੇਣਾ, ਉਹ ਵੀ ਨਹੀਂ ਕਰਨ ਦੇਣਾ, ਪੈਂਟ ਵੀ ਨਹੀਂ ਪਾਉਣੀ, ਚੋਲਾ ਹੀ ਪਾਉਣਾ, ਇਹ ਨਹੀਂ ਗੱਲਾਂ ਨਾਲ ਨਹੀਂ ਕੋਈ ਗੱਲ, ਤੁਹਾਡੇ ਵਿਚਾਰ ਸਹੀ ਹੋਣੇ ਚਾਹੀਦੇ, ਜਿਹੜੀ ਤੁਹਾਡੀ ਸੋਚ ਆ ਉਹ ਸਹੀ ਹੋਣੀ ਚਾਹੀਦੀ ਹੈ। ਨੀਅਤ ਤੁਹਾਡੀ ਕੀ ਆ, ਤੁਸੀਂ ਅੰਦਰੋਂ ਜੋ ਹੈ ਨਾ ਬਾਣੀ ਪੜ੍ਹ ਕੇ ਉਹ ਤਿਆਰ ਹੋਵੋ, ਬਾਣੀ ਪੜ੍ਹ ਵਿਖਾਵੇ ਦੀ ਨਹੀਂ ਵੀ ਅਖੰਡ ਪਾਠ ਕਰਾ ਲਿਆ ਜਾਂ ਪੜ੍ਹ ਲਈ ਤੇ ਤੁਸੀਂ ਬਦਲ ਤਾਂ ਰਹੇ ਨਹੀਂ। ਹੁਣ ਬਾਣੀ ਤਾਂ ਵੇਖੋ, ਇੱਕ ਤੁਕ ਸਹੀ ਰਾਹ ਦਿੰਦੀ ਸੀਗੀ, ਗੁਰੂ ਨਾਨਕ ਦੇਵ ਜੀ ਮਹਾਰਾਜ ਜਪਜੀ ਸਾਹਿਬ 'ਚ ਇੱਕ ਤੁਕ 'ਚ ਦੋ ਸਵਾਲ ਕਹਿੰਦੇ ਆ, ਕਿਵ ਸਚਿਆਰਾ ਹੋਈਏ ਇੱਕ ਸਵਾਲ, ਕਿਵ ਕੂੜੇ ਟੁੱਟੇ ਪਾਲ ਦੂਜਾ ਸਵਾਲ, ਵੀ ਕਿਵੇਂ ਮਨੁੱਖ ਸਚਿਆਰਾ ਸਿਆਣਾ ਹੋਵੇ, ਕਿਵੇਂ ਕੂੜ ਦੀ ਪਾਲ, ਕੂੜ ਦੀ ਕੰਧ ਅੱਖਾਂ ਤੋਂ ਕੂੜ ਦਾ ਹਨੇਰਾ ਪਾਸੇ ਹੋਵੇ, ਦੋ ਸਵਾਲ। ਅਗਲੀ ਪੰਕਤੀ 'ਚ ਜਵਾਬ ਦੇ ਤਾਂ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਵੀ ਜੇ ਤੂੰ ਹੁਕਮ 'ਚ ਉਹਦੀ ਰਜਾ 'ਚ ਰਹਿਣ ਲੱਗ ਪਏ ਤੇ ਤੇਰਾ ਜੀਵਨ ਸਚਿਆਰਾ ਵਧੀਆ ਬਣ ਜਾਊ। ਦੱਸੋ ਕਿੱਥੇ ਜੀਵਨ ਸਚਿਆਰੇ ਲਈ ਕੋਈ ਤੁਰਦਾ? ਵਿਖਾਵੇ ਦੇ ਸਾਰਾ ਕੁਛ ਕਰੀ ਜਾਂਦੇ ਆ, ਵਿਖਾਵੇ ਦੀਆਂ ਰਹਿਤਾਂ ਗੱਡਾ ਭਰੀ ਫਿਰਦੇ ਆ, ਅੱਡੋ ਅੱਡੀ ਸੰਸਥਾਵਾਂ, ਉਹ ਉਹਨਾਂ ਨੇ ਵੇਖੋ ਅਰਦਾਸਾਂ ਆਪਦੀਆਂ, ਸੰਸਥਾ ਆਪਦੀ ਹੋਂਦ ਰੱਖਣ ਵਾਸਤੇ ਅੰਮ੍ਰਿਤ ਛਕਾਉਣ ਦੇ ਤਰੀਕੇ ਆਪਦੇ, ਪੰਜ ਪਿਆਰੇ ਆਪਦੇ। ਹੁਣ ਵੇਖੋ ਆ ਲੜਾਈ ਢੰਡਰੀਆਂ ਵਾਲੀ ਦੀ ਤੇ ਟਕਸਾਲ ਦੀ, ਹੁਣ ਟਕਸਾਲ ਦੀ ਏਡੀ ਵੱਡੀ ਕੁਰਬਾਨੀ ਆ, ਉਹਨੂੰ ਕੁਰਬਾਨੀ ਦੇ ਰੂਪ 'ਚ ਮੰਨਣਾ ਵੀ ਚਾਹੀਦਾ ਤੇ ਟਕਸਾਲ ਨੂੰ ਵੀ ਕੁਰਬਾਨੀ ਦੇ ਰੂਪ 'ਚ ਲਿਜਾਣਾ ਚਾਹੀਦਾ, ਨਾ ਤਾਂ ਉਹਨਾਂ ਨੂੰ ਹੈਂਕੜੀ ਵਿਖਾਉਣੀ ਚਾਹੀਦੀ ਹੈ। ਹੁਣ ਢੰਡਰੀਆਂ ਵਾਲਾ, ਮੈਂ ਉਹਦੀ ਵਿਦਵਤਾ 'ਤੇ ਕੋਈ ਕਿੰਤੂ ਨਹੀਂ ਕਰਦਾ, ਵਿਦਵਾਨ ਆ, ਪਰ ਇੰਨੀ ਈਗੋ ਨਹੀਂ ਵਿਦਵਾਨ 'ਚ ਆ ਜਾਣੀ ਚਾਹੀਦੀ ਉਹ ਦੂਸਰੇ ਨੂੰ ਸਮਝੇ ਕੁਛ ਨਾ, ਹਰ ਗੱਲ 'ਤੇ ਕਟਾਸ਼, ਹਰ ਗੱਲ 'ਤੇ ਕਟਾਸ਼, ਹਰ ਗੱਲ 'ਤੇ ਕਟਾਸ਼, ਐਂ ਨਹੀਂ ਹੁੰਦੀ ਹੁੰਦੀ। ਵੇਖੋ ਜੇ ਕਵੀ ਸੰਤੋਖ ਸਿੰਘ ਨੂੰ ਕੱਢ ਦਈਏ, ਉਹ ਜਿਵੇਂ ਉਹ ਆਖੀ ਜਾਂਦਾ ਤੇ ਤੁਹਾਡੇ ਕੋਲ ਇਤਿਹਾਸ ਹੀ ਕੋਈ ਨਹੀਂ ਜੀ, ਸਾਡੇ ਤੋਂ ਭਾਵੇਂ 200 ਸਾਲ ਪਹਿਲਾਂ ਹੋਇਆ, ਭਾਵੇਂ 300 ਸਾਲ ਪਹਿਲਾਂ ਹੋਇਆ, ਪਹਿਲਾਂ ਤਾਂ ਹੋਇਆ ਨਾ, ਉਹਨੇ ਕੁਛ ਲਿਖਿਆ, ਜਿਹੜਾ ਗਲਤ ਆ ਛੱਡ ਦਿਓ,
ਬਿਲਕੁਲ ਜੀ, ਚੰਗੀ ਚੀਜ਼ ਜਿਹੜੀ ਚੰਗੀ ਚੀਜ਼ ਰੱਖ ਲਓ। ਜੇ ਆਪਾਂ ਆਖਦੇ ਸਾਰੀ ਕਿਤਾਬ ਹੀ ਮਾੜੀ ਹੈ ਤੇ ਚਲੋ ਇਹ ਕੱਢ ਦਿੰਨੇ ਆ ਤੇ ਤੁਹਾਡੇ ਕੋਲ ਤਾਂ ਕੁਛ ਵੀ ਨਹੀਂ, ਹੁਣ ਵਾਲੇ ਨੂੰ ਕੌਣ ਮੰਨ ਲੂ ਵੀ ਤੈਨੂੰ ਕੀ ਪਤਾ ਉਸ ਵੇਲੇ ਦਾ। ਬਿਲਕੁਲ ਜੀ, ਹੁਣ ਆਪਣੇ ਪਿਓ ਦਾਦੇ ਆਪਾਂ ਦਾਦੇ ਤੱਕ ਹੀ ਵੇਖਿਆ ਤੇ ਦਾਦੇ ਨੇ ਦੱਸਿਆ ਨਾ ਵੀ ਤੇਰਾ ਪੜਦਾਦਾ ਐ ਵਜਾ ਸੀ ਐਂ ਕਰਦਾ ਹੁੰਦਾ ਸੀ ਕਿ ਆਖਾਂ ਮੈਂ ਤਾਂ ਵੇਖਿਆ ਹੀ ਨਹੀਂ ਆਖਾਂ। ਹੁਣ ਬੜੇ ਲੋਕਾਂ ਦੇ ਰਿਕਾਰਡ ਚ ਨੀ ਕੈਮਰਾ, ਹੁਣ ਸਾਰੀਆਂ ਗੁੱਠਾਂ ਤਾਂ ਨੀ ਨਾ ਲੈ ਸਕਦਾ। ਬਿਲਕੁਲ ਜੀ, ਉਧਰਲੀ ਗੁੱਠ ਕੈਮਰੇ ਤੋਂ ਰਹਿ ਗਈ ਤੇ ਆਉਣ ਵਾਲਾ ਇਤਿਹਾਸ ਆਖਿਓ ਇਹ ਤਾਂ ਆਇਆ ਹੀ ਨਹੀਂ ਸੀ ਕੈਸਟ ਚ, ਇੱਥੇ ਉਹ ਨਹੀਂ ਸੀ, ਬੈੱਡ ਨਹੀਂ ਸੀ ਪਿਆ। ਹਾਂਜੀ, ਇਹ ਨਹੀਂ ਗੱਲਾਂ ਹੁੰਦੀਆਂ। ਹਾਂ, ਮਿਥਿਹਾਸ ਵੀ ਉਹ ਚੰਗਾ ਹੈ ਜਿਹੜਾ ਤੁਹਾਡੇ ਜੀਵਨ ਨੂੰ ਸੇਧ ਦਿੰਦਾ, ਮੰਨ ਲਓ। ਬਿਲਕੁਲ ਜੀ, ਸਾਡੀਆਂ ਦਾਦੀ ਮਾਂ ਸਾਨੂੰ ਬਾਤਾਂ ਸੁਣਾਉਂਦੀ ਹੁੰਦੀ ਸੀ ਵੀ ਇੱਕ ਰਾਜਾ ਸੀ, ਇੱਕ ਤੋਤਾ ਸੀ, ਤੋਤੇ ਦੇ ਵਿੱਚ ਜਾਨ ਸੀ ਰਾਜੇ ਦੀ ਤੇ ਵੱਡੇ ਹੋ ਗਏ ਆਪਾਂ ਆਪੇ ਛੱਡਤੀ ਨਾ ਵੀ ਤੋਤਿਆਂ ਤੇ ਜਾਨ ਨਹੀਂ ਹੁੰਦੀ, ਨਹੀਂ ਹੋ ਸਕਦੀ। ਤੇ ਇਹਦੇ ਪਿੱਛੇ ਐਵੇਂ ਲੀਰ ਤੇ ਫਕੀਰ ਬਣੀ ਜਾਣਾ ਵੀ ਇਹ ਗਲਤ ਆ। ਹੁਣ ਬਾਹਲੇ ਪ੍ਰੋਫੈਸਰ ਵੀ ਜਿਹੜੇ ਤਾਂ ਚੰਗੇ ਬੰਦੇ ਉਹ ਤਾਂ ਠੀਕ ਆ, ਉਹਨਾਂ ਦੇ ਵਧੀਆ। ਕਈ ਪ੍ਰੋਫੈਸਰ ਇਸ ਹਕਾਰ 'ਚ ਵੀ, ਮੈਂ ਹੁਣ ਗੁਰੂ ਨਾਨਕ ਦੇਵ ਜੀ ਦੇ ਪੂਰਨਮਾਸ਼ੀ ਆ ਜਨਮ ਦਿਨ, ਤੇ ਇੱਕ ਖੋਜ ਕਰਕੇ ਉਹ ਮਾਸਟਰ ਕਰਮ ਸਿੰਘ ਹਿਸਟੋਰੀਅਨ ਉਹ ਆਉਂਦਾ ਨਹੀਂ ਵਿਸਾਖ 'ਚ ਸੀ ਤੇ ਸਾਡੇ ਆਪ ਹੀ ਜੱਬ ਪਾਦਾ, ਉਹ ਜੀ ਸ਼੍ਰੋਮਣੀ ਕਮੇਟੀ ਆ ਮਨਾਉਂਦੀ ਵਸ ਕੱਤੇ ਦੀ ਪੂਰਨਮਾਸ਼ੀ ਦਾ, ਅਸੀਂ ਆਪ ਗਏ ਹਾਂ ਐਤਕੀ ਮਨਾਇਆ, ਕਿੱਡਾ ਵੱਡਾ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ ਸੀ। ਕਿਤਾਬਾਂ ਸਾਰੀਆਂ 'ਚ ਯੂਨੀਵਰਸਿਟੀਆਂ ਵਾਲੇ ਦਾ ਗੁਲਾਮ ਆ ਸਰਕਾਰਾਂ ਦੇ, ਸ਼੍ਰੋਮਣੀ ਕਮੇਟੀ ਦਾ ਨਹੀਂ ਗੁਲਾਮ। ਕਿਤਾਬਾਂ ਜਿਹੜੀ ਸ਼੍ਰੋਮਣੀ ਕਮੇਟੀ ਛਾਪਦੀ ਉਹਦੇ ਵਿੱਚ ਵੀ ਗੁਰੂ ਨਾਨਕ ਦੇਵ ਦਾ ਜਨਮ ਦਿਨ ਵਿਸਾਖ ਦਾ ਵਿਖਾਈ ਜਾਂਦੇ। ਇੱਕੋ ਸੰਸਦ ਹੈ ਮਨਾਉਂਦੀ ਕੱਤੇ ਦਾ, ਦਿਖਾਉਂਦੇ ਕਿਤਾਬਾਂ 'ਚ ਦੱਸਦੀ ਆ ਵਿਸਾਖ ਦਾ, ਰੌਲਾ ਕਿੰਨਾ ਗਾ ਹਕਾਰ ਦਾ ਰੌਲਾ। ਬਿਲਕੁਲ ਜੀ, ਵੀ ਗੁਰੂ ਨਾਨਕ ਦੇਵ ਜੀ ਦੇ ਜੇ ਜਨਮ ਦਿਨ ਜਦੋਂ ਉਹਨੇ ਹਿਸਾਬ ਲਾਇਆ ਨਾ ਕਰਮ ਸਿੰਘ ਨੇ ਖੋਜ ਕੀਤੀ ਤਾਂ ਉਹਨੇ ਜਨਮ ਦਿਨ ਨੂੰ ਛੱਡਤਾ, ਜਿਹੜੀ ਉਹਨਾਂ ਦੇ ਜੋਤੀ ਜੋਤ ਸਮਾਉਣ ਦੀ ਤਰੀਕ ਸੀ ਉਹ ਲੈ ਲਈ, ਉੱਥੋਂ ਦਿਨ ਗਿਣਨ ਲੱਗ ਪਿਆ। 70 ਸਾਲ 5 ਮਹੀਨੇ ਤੇ 7 ਦਿਨ ਉਹਨੇ ਪੂਰੇ ਕਰਨੇ ਸੀ, ਉਹ ਕੱਤੇ 'ਚ ਨਾ ਪੂਰੇ ਹੋਏ, ਉਹ ਵਿਸਾਖ 'ਚ ਆ ਗਏ ਤੇ ਲੋਕ ਜਨਮ ਦਿਨ ਹੀ ਮਨਾਉਂਦੇ ਸੀ। ਆਂਦਾ ਮੈਂ ਖੋਜ ਕਰ ਲਈ ਆ ਇਹ ਝੂਠਾ, ਇਹ ਕੱਤੇ ਦੀ ਐਵੇਂ ਮਨਾਈ ਜਾਂਦੇ ਆ ਵਿਸਾਖ ਦਾ ਹੈ। ਵੀ ਭਰੂਆ ਤੂੰ ਮੌਤ ਤੋਂ ਗਾਂਹ ਨੂੰ ਤੁਰਿਆ, ਤੂੰ ਕੱਤੇ ਤੋਂ ਪਰਾਂ ਨੂੰ ਤੁਰ ਪਾ, ਮੌਤ ਦਾ ਦਿਨ ਹਿਲਾ ਦੇ, ਜੋਤੀ ਜੋਤ ਸਮਾਉਣ ਵਾਲਾ ਹਿਲਾ ਦੇ, ਉਹ ਕਿਹੜਾ ਲੋਕ ਮਨਾਉਂਦੇ, ਨਾ ਕਿਸੇ ਨੂੰ ਇਤਰਾਜ਼ ਹੋਵੇ। ਖੋਜ ਤੂੰ ਪੁੱਠੀ ਜੋ ਕੀਤੀ ਤੂੰ ਇੱਧਰ ਨੂੰ ਕਰ ਲੈਂਦਾ, ਫਿਰ ਉਹਦੇ 'ਚ ਨਾਲੇ ਇਹ ਲੋਕ ਵੇਖੋ ਦੋ ਗੱਲਾਂ ਕਰਦੇ ਆ, ਨਾਲੇ ਤਾਂ ਆਉਂਦੇ ਆ ਵੀ ਭਵਿੱਖਬਾਣੀਆਂ ਨਹੀਂ ਹੁੰਦੀਆਂ। ਜੇ ਗੁਰੂ ਸਾਹਿਬ ਦੀ ਤੁਸੀਂ ਵਿਸਾਖ ਦਾ ਜਨਮ ਦਿਨ ਵਿਖਾਉਣੇ ਹੋ ਤਾਂ ਫਿਰ ਗੁਰੂ ਨਾਨਕ ਦੇਵ ਜੀ ਨੇ ਇੱਕ ਸਲੋਕ ਉਚਾਰਿਆ ਬਾਬਰ ਦੇ ਆਉਣ 'ਤੇ, ਆਮਨ 78-97 ਇਹ ਡੇਟ ਵਾਈਜ਼ ਆ। 1578 'ਚ ਬਾਬਰ ਆਇਆ ਜਦੋਂ ਉਹਨੇ ਹਮਲਾ ਸੈਦਪੁਰ ਲਾਲੋ ਦੇ ਪਿੰਡ ਕੀਤਾ ਅਤੇ 97 'ਚ ਉਹਦਾ ਰਾਜ ਖੁੱਸ ਗਿਆ ਸੀ। ਬਿਕਰਮੀ 97 ਦੀ ਗੱਲ ਕਰਦੇ ਹੋ, ਆਮਨ 78-97 ਹੋਰ ਵੀ ਉੱਠ ਸੀ ਮਰਤ ਕਚੇਲਾ, ਹੋਰ ਵੀ ਉੱਠ ਸੀ ਵੀ ਸ਼ੇਰ ਸ਼ਾਹ ਸੂਰੀ ਨੇ ਰਾਜ ਖੋਹ ਲਿਆ ਸੀ, ਫਿਰ ਹੋਰ ਉੱਠਿਆ ਕਚੇਲਾ ਮਰਦ ਦਾ। ਆਮਨ 78-97 ਹੋਰ ਵੀ ਉੱਠ ਸੀ ਮਰਦ ਕਾ ਚੇਲਾ, ਸੱਚ ਕੀ ਬਾਣੀ ਨਾਨਕ ਆਖੇ ਸੱਚ ਸੁਣਿਆ ਸੀ ਸੱਚ ਕੀ ਬੇਲਾ। ਵੇਖੋ ਉਹਨੇ ਡੇਟਾਂ ਦੇ ਦਿੱਤੀਆਂ 78 ਤੇ 97। 78 'ਚ ਤਾਂ ਉਹ ਸੀਗੇ ਹੀ ਲਾਲੋ ਦੇ ਪਿੰਡ ਸੈਦਪੁਰ ਜਦੋਂ ਬਾਬਰ ਆ ਗਿਆ, ਨਾਲ ਹੀ ਨਾਨਕ ਫੜ ਲਿਆ ਅਤੇ ਉਦੋਂ ਮਗਰੋਂ 78 ਦੇ ਵਿੱਚ ਤੁਸੀਂ 97 ਵਾਸਤੇ 19 ਸਾਲ ਜੋੜਨੇ ਆ, 19 ਸਾਲ ਦੀ ਗੱਲ ਵੀ ਪੁਰਾਣੀ ਉਹਨਾਂ ਨੇ ਕਹਿ ਦਿੱਤੀ, ਇਹਦਾ ਮਤਲਬ ਭਵਿੱਖਬਾਣੀ ਆ ਜੀ। ਇਹ ਭਵਿੱਖਬਾਣੀਆਂ ਨੂੰ ਵੀ ਨਹੀਂ ਮੰਨਦੇ ਆ, ਤਾਂ ਭਵਿੱਖਬਾਣੀਆਂ ਹੁੰਦੀਆਂ ਹੀ ਨਹੀਂ। ਫਿਰ ਮੰਨੋ ਜੇ ਵਿਸਾਖ 'ਚ ਜੰਮੇ ਆ ਗੁਰੂ ਨਾਨਕ ਦੇਵ ਜੀ ਤਾਂ ਫਿਰ ਉਹਨਾਂ ਦੇ ਦਿਨ ਪੂਰੇ ਹੋ ਗਏ ਬਾਬਰ
ਤਾਂ ਉਦੋਂ ਮਗਰੋਂ ਉਹਦਾ ਰਾਜ ਖੁੱਸਿਆ ਅਤੇ ਉਹਨੇ ਨਹੀਂ ਵੇਖੇ ਅਤੇ ਉਹਨਾਂ ਨੇ ਭਵਿੱਖਬਾਣੀ ਕੀਤੀ ਸਹੀ ਆ। ਜੇ ਤੁਸੀਂ ਇਹਨੂੰ ਐਵੇਂ ਨਹੀਂ ਕਰਦੇ, ਕੱਤੇ ਦੀ ਪੂਰਨਮਾਸ਼ੀ ਦਾ ਜਨਮ ਦਿਨ ਮੰਨੋ, 70 ਸਾਲ ਉਹਦੇ 'ਚ ਉਹ ਇੱਕ ਜੋੜ ਲਓ, ਜੋਤੀ ਜੋਤ ਸਮਾਉਣ ਦੀ ਤਰੀਕ ਹਿਲਾ ਦਿਓ ਪਿੱਛੇ ਜਾਵੜੀ, ਤਾਂ ਗੁਰੂ ਨਾਨਕ ਦੇਵ ਜੀ ਉਦੋਂ ਜਿਉਂਦੇ ਸੀਗੇ ਜਦੋਂ ਬਾਬਰ ਦਾ ਰਾਜ ਖੁੱਸਿਆ ਦਿੱਲੀ 'ਚ 97 ਵਾਲਾ, ਉਦੋਂ ਵੀ ਸੀਗੇ। ਉਦੋਂ ਉਹਨਾਂ ਨੇ ਮਤਲਬ ਵੇਖ ਲਿਆ ਅੱਖਾਂ ਨਾਲ ਵੀ ਬਾਬਰ ਨੇ ਢਾਇਆ ਵੀ, ਮੁੜ ਕੇ 97 'ਚ ਰਾਜ ਵੀ ਖੁੱਸ ਗਿਆ। ਉਹਨਾਂ ਨੇ ਉਦੋਂ ਲਿਖਤੀ ਬਾਣੀ, ਗੱਲਾਂ ਸੁਰਸ ਚ ਆ ਗਈਆਂ ਨਾ ਦੋਵੇਂ, ਜਨਮ ਦਿਨ ਵੀ ਕੱਤੇ ਦਾ ਹੋ ਗਿਆ ਤੇ ਭਵਿੱਖਬਾਣੀ ਵੀ ਕਹੋ ਨਹੀਂ, ਚੱਲ ਭਵਿੱਖਬਾਣੀ ਮੰਨ ਲੈਂਦੇ ਨਹੀਂ ਕੀਤੀ, ਤਾਂ ਫਿਰ ਉਹਨਾਂ ਨੇ ਅੱਖਾਂ ਨਾਲ ਵੇਖੀ ਸੀ ਲਿਖਤੀ ਤੇ ਦਿਨ ਵੀ ਪੂਰੇ ਹੋ ਗਏ। ਇਹ ਐਵ ਜਿਹਾ ਕਜਗਿਆ ਪੁੱਠਾ ਆਪਦੇ ਨੰਬਰ ਬਣਾਉਣ ਮਾਰਿਆ ਨਾ, ਉਹਨਾਂ ਦਾ ਜਨਮ ਦਿਨ ਵੀ ਹਾਲਾਤ ਆ, ਉਹਦੀ ਜੋਤੀ ਜੋਤ ਸਮਾਉਣ ਦੀ ਡੇਟ ਤੁਸੀਂ ਹਿਲਾ ਲਓ, ਉਹਦੇ ਨਾਲ ਸਾਰੀ ਗੱਲ ਹੀ ਠੀਕ ਹੁੰਦੀ ਆ। ਅਤੇ ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਹੀ ਆਖਿਆ ਨਾ, ਪੜ੍ਹਿਆ ਮੂਰਖ ਆਖੀਏ ਜਿਸ ਲੱਭ ਲੋਭ ਅਹੰਕ। ਜੇ ਤੁਹਾਡੀ ਵਿੱਦਿਆ ਦੇ ਨਾਲ ਤੁਸੀਂ ਚੰਗੇ ਨਹੀਂ ਬਣੇ, ਤੁਹਾਡੇ 'ਚ ਸਹਿਣਸ਼ੀਲਤਾ ਨਹੀਂ ਆਈ, ਤੁਸੀਂ ਆਗਿਆਕਾਰ ਨਹੀਂ ਬਣੇ, ਤੁਸੀਂ ਵਧੀਆ ਮਨੁੱਖ ਨਹੀਂ ਬਣੇ, ਉਹਨਾਂ ਡਿਗਰੀਆਂ ਦਾ ਹੰਕਾਰ ਹੀ ਕੂੜ ਪਾੜ ਲਿਆ ਵਿੱਚ ਵੀ ਮੈਂ PhD ਕਰ ਲਈ, ਮੈਂ MA ਕਰ ਲਈ, ਮੈਂ ਪ੍ਰੋਫੈਸਰ ਬਣ ਗਿਆ, ਮੈਂ ਲੈਕਚਰਰ, ਇਸ ਹੰਕਾਰ ਦੇ ਨਾਲ ਫਿਰ ਤਾਂ ਪੜ੍ਹਿਆ ਮੂਰਖ ਵਰਗੀ ਗੱਲ ਹੈ। ਪੜ੍ਹਿਆ ਮੂਰਖ ਆਖੀਏ ਜਿਸ ਲੱਭ ਲੋਭ ਹੰਕਾਰ। ਪਰ ਤੁਹਾਡੇ ਕਹਿਣ ਦੇ ਅਨੁਸਾਰ ਬਸ ਮਨੁੱਖ ਨੂੰ ਆਪਣੀ ਜਿਹੜੀ ਸੋਚ ਅੱਜ ਉਹ ਬਦਲਣ ਦੀ ਲੋੜ ਹੈ, ਲੋੜ ਹੈ, ਗੁਰਬਾਣੀ ਉਹ ਹੀ ਬਦਲਦੀ ਹੈ ਜੀ। ਪੜ੍ਹ ਕੇ ਜੇ ਢਾਲੋਗੇ ਤਾਂ ਗੁਰਬਾਣੀ ਤੁਸੀਂ ਪੜ੍ਹਦੇ ਹੋ ਜੀ। ਜੇ ਤੁਸੀਂ ਫਾਰਮੈਲਿਟੀ 5 ਮਿੰਟ 10 ਮਿੰਟ ਘੰਟਾ ਪੜ੍ਹ ਲਈ, ਜੀਵਨ 'ਚ ਇੱਕ ਵੀ ਨਹੀਂ ਢਾਲਿਆ, ਇਹਦਾ ਮਤਲਬ ਤੁਸੀਂ ਕੁਰਲੀਆਂ ਕਰਦੇ ਹੋ, ਅੰਦਰ ਦਵਾਈ ਲੰਘਣ ਨਹੀਂ ਦਿੰਦੇ। ਜਿਹੜੀ ਬਾਣੀ ਦਵਾਈ ਆ ਨਾ, ਉਹ ਅੰਦਰ ਨਹੀਂ ਤੁਸੀਂ ਲੰਘਣ ਦਿੰਦੇ। ਤੁਸੀਂ ਤਾਂ ਜਿਵੇਂ ਬੰਦਾ ਤੱਤੇ ਪਾਣੀ ਨਾਲ ਕੌੜੀ ਦਵਾਈ ਜਾਣ ਹੀ ਨਹੀਂ ਦਿੰਦਾ, ਜਿਹਨੇ ਗੁਣ ਕਰਨਾ ਅੰਦਰ, ਆਰਾਮ ਕਰਨਾ ਹੈ, ਤੇ ਕੁਰਲੀ ਕਰਕੇ ਡੋਲ ਦਿੰਦਾ ਬੱਚਾ, ਐਂ ਕਰੀ ਜਾਂਦੇ ਜੀ। ਔਰ ਅੱਜ ਅਸੀਂ ਸੁਖਦੇਵ ਸਿੰਘ ਮਹਿਰਮ ਜੀ ਨਾਲ ਗੱਲ ਕੀਤੀ, ਬਹੁਤ ਚੰਗਾ ਲੱਗਾ, ਕਾਫੀ ਸਾਰੀ ਕੀਮਤੀ ਜਾਣਕਾਰੀ ਹੈ ਜਿਹੜੀ ਉਹਨਾਂ ਨੇ ਸਾਨੂੰ ਗੁਰੂ ਇਤਿਹਾਸ ਨਾਲ ਵੀ ਜੁੜੀ ਦਿੱਤੀ ਔਰ ਉਹਨਾਂ ਦੇ ਜਿਹੜੇ ਸਾਹਿਤ ਦੇ ਸਫ਼ਰ ਹੈ ਉਹਦੇ ਨਾਲ ਜੁੜੀ ਹੋਈ ਵੀ ਦਿੱਤੀ। ਇਸ ਤਰ੍ਹਾਂ ਹੀ ਅਗਲੇ ਹਫ਼ਤੇ ਤੁਹਾਨੂੰ ਕਿਸੇ ਹੋਰ ਸਾਹਿਤ ਕਰਦੇ ਰੂਬਰੂ ਕਰਾਂਗੇ, ਤਦ ਤੱਕ ਲਈ ਤੁਸੀਂ ਦੇਖਦੇ ਰਹੋ ਵਿਜ਼ਨ ਪੰਜਾਬ TV, ਹਰ ਕਦਮ ਤੁਹਾਡੇ ਨਾਲ।